ਖਿੱਚ ਰਹੇ ਹੋ। ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਨੇ 20 ਰੁਪਏ ਜਦੋਂ ਘਰੋਂ ਲੈ ਕੇ ਨਿਕਲੇ ਸਨ ਆਪਣੇ ਪਿਤਾ ਜੀ ਕੋਲੋਂ, ਜਿਹੜੀ ਸੱਚਾ ਸੌਦਾ ਕਰਨ ਵਾਸਤੇ ਗਏ ਸੀ। ਜਦੋਂ ਉਹ ਸੱਚਾ ਸੌਦਾ ਕਰਕੇ ਸਾਧੂਆਂ ਨੂੰ ਸੰਤਾਂ ਨੂੰ ਜਿਹੜਾ ਲੰਗਰ ਛਕਾ ਕੇ ਅਤੇ ਵਾਪਸ ਆਏ, ਔਰ ਸੌਦਾ ਉਹਨਾਂ ਨੇ ਕੋਈ ਨਹੀਂ ਕੀਤਾ, ਔਰ 20 ਰੁਪਈਏ ਜਿਹੜੇ ਸਨ ਉਹਦਾ ਸਮਝ ਲਓ ਕਿ ਉਸ ਦੌਰ ਦੇ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨੁਕਸਾਨ ਕਰ ਦਿੱਤਾ, ਅਤੇ ਉਹ ਨੁਕਸਾਨ ਨਹੀਂ ਸੀ ਕੀਤਾ। ਅੱਜ ਖਾਲਸਾ ਪੰਥ ਪੂਰੀ ਦੁਨੀਆ ਦੇ ਵਿੱਚ ਜਿਹੜਾ ਲੰਗਰ ਚਲਾ ਰਿਹਾ ਹੈ, ਉਸੇ 20 ਰੁਪਏ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਉਹ ਲੰਗਰ ਜਿਹੜਾ ਅੱਜ ਫੈਲਿਆ ਹੋਇਆ, ਔਰ ਗੁਰੂ ਨਾਨਕ ਨਾਮ ਲੇਵਾ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਲੰਗਰ ਦੀ ਸੇਵਾ ਕਰ ਰਹੇ ਨੇ, ਬਗੈਰ ਕਿਸੇ ਰੰਗ ਤੋਂ, ਬਗੈਰ ਕਿਸੇ ਰੂਪ ਤੋਂ, ਬਗੈਰ ਕਿਸੇ ਧਰਮ ਤੋਂ। ਕਹਿੰਦੇ ਨੇ ਕਿ ਕੋਈ ਵੀ ਉਹਨੂੰ ਵਿਸ਼ੇ ਰੱਖਿਓ ਬਗੈਰ, ਜਿਹੜਾ ਪੂਰੀ ਦੁਨੀਆ ਦੇ ਵਿੱਚ ਅਗਰ ਜਿਹੜਾ ਲੰਗਰ ਚੱਲ ਰਿਹਾ, ਖਾਲਸਾ ਏਡ ਚਲਾ ਰਹੀ ਹੈ, ਜਾਂ ਸਾਡੇ ਦੂਸਰੇ ਸਿੱਖ ਵੀਰ ਨੇ ਕਦੀ ਕਸ਼ਮੀਰ 'ਚ ਜਾ ਕੇ ਲੰਗਰ ਦੀ ਸੇਵਾ ਕਰਦੇ ਨੇ, ਕਦੀ ਸੀਰੀਆ 'ਚ ਕਰਦੇ ਨੇ, ਕਦੀ ਉਹ ਇਰਾਕ 'ਚ ਕਰਦੇ ਨੇ, ਅਤੇ ਕਦੀ ਸਾਡੀ ਟੀਮ ਜਿਹੜੀ ਹੈ ਉਹ ਆਕਲੈਂਡ ਦੇ ਵਿੱਚ ਜਿਹੜਾ ਬੰਬ ਧਮਾਕਾ ਹੁੰਦਾ ਮਸੀਦ ਦੇ ਵਿੱਚ, ਗੋਲੀਆਂ ਨਾਲ ਮਾਰ ਮਾਰ ਕੇ ਬੰਦੇ ਮਾਰ ਦਿੱਤੇ ਜਾਂਦੇ ਨੇ, ਅਤੇ ਉੱਥੇ ਹਜ਼ਾਰਾਂ ਡਾਲਰ ਦੀ ਜਿਹੜੀ ਹੈ ਹਾਂਜੀ ਜੀ ਗੁਰੂ ਪਿਆਰੀ ਸੰਗਤ ਜੀ, ਇਹ ਉਹ ਵਣ ਵਣ ਦਾ ਦਰਖਤ ਹੈ ਕਿ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਆਪਣੇ ਉਧਰ ਗਏ ਸਾਰੇ। ਹਾਂਜੀ ਜੀ ਵੈਲਕਮ ਬੈਕ। ਮੈਂ ਤੁਹਾਨੂੰ ਦੱਸਿਆ ਸੀ ਕਿ ਜੀ ਬਾਬਾ ਗੁਰੂ ਨਾਨਕ ਸਾਹਿਬ ਇਸ ਵਣ ਵਣ ਦੇ ਦਰਖਤ ਦੇ ਥੱਲੇ ਆ ਕੇ ਛੁੱਪ ਗਏ ਸੀ। ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ, ਔਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵਣ ਵਣ ਜਿਹੜਾ ਇਸ ਵੇਲੇ 15 ਮਰਲੇ ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਫੈਲ ਚੁੱਕਿਆ ਹੋਇਆ। ਇੱਕ ਸਿੰਗਲ ਦਰਖਤ ਜਿਹੜਾ ਦੁਬਾਰਾ ਤੋਂ 550 ਸਾਲ ਬਾਅਦ ਅਗਰ ਤੁਸੀਂ ਦੇਖੋ ਤਾਂ ਦਰਖਤ ਕਿੰਨਾ ਫੈਲ ਕੇ ਵੱਡਾ ਹੋ ਚੁੱਕਿਆ। ਔਰ ਇੱਥੇ ਹੀ ਰਾਏ ਪਲਾਰ ਭੱਟੀ ਜੀ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ 750 ਮਰੱਬੇ ਜ਼ਮੀਨ ਜਿਹੜੀ ਸੀ ਉਹ ਲਾਈ ਸੀ। ਠੀਕ ਹੈ ਜੀ, ਇੱਥੋਂ ਹੀ ਸਿੱਖ ਮੁਸਲਿਮ ਪਿਆਰ ਜਿਹੜਾ ਸੀ ਸਭ ਤੋਂ ਪਹਿਲੇ ਉਹਦੀ ਨੀਂਹ ਰੱਖੀ ਗਈ ਸੀ, ਸਮਝ ਲਓ ਤੁਸੀਂ। ਠੀਕ ਹੈ ਜੀ ਗੁਰਪਿਆਰੀ ਸੰਗਤ ਜੀ, ਇਹ ਉਹ ਸਥਾਨ ਹੈ ਜਿਹਨੂੰ ਕਿ ਕਿਹਾ ਜਾਂਦਾ ਹੈ ਤੰਬੂ ਸਾਹਿਬ, ਯਾਨੀ ਕਿ ਇਸਨੇ ਤੰਬੂ ਛਾਂ ਕਰ ਦਿੱਤੀ ਸੀ ਪੂਰੀ, ਅਤੇ ਇਹ ਹਲੇ ਸੇਵਾ ਜਿਹੜੀ ਹੈ ਯਾਤਰੀ ਨਿਵਾਸ ਦੀ ਜਾਰੀ ਹੈ। ਅਸੀਂ ਚੱਲਦੇ ਹਾਂ ਅੱਗੇ, ਤੁਹਾਨੂੰ ਹੋਰ ਯਾਤਰੀ ਨਿਵਾਸ ਦਿਖਾਉਂਦੇ ਹਾਂ। ਵਕਤੀ ਤੌਰ 'ਤੇ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ, ਔਰ 550 ਸਾਲਾਂ ਦੇ ਉੱਤੇ ਪੂਰੀ ਹੋ ਜਾਏਗੀ, ਅਤੇ ਫਿਰ ਇਨਸ਼ਾਅੱਲਾ ਤੁਹਾਨੂੰ ਪੂਰੇ ਦਰਸ਼ਨ ਕਰਾਵਾਂਗੇ ਅਸੀਂ। ਇਹ ਪਿੱਛੇ ਯਾਤਰੀ ਨਿਵਾਸ ਨੇ, ਬਹੁਤ ਵੱਡੇ ਵੱਡੇ ਯਾਤਰੀ ਨਿਵਾਸ ਨੇ ਇੱਥੇ, ਮੇਨ ਜਿਹੜੀਆਂ ਯਾਤਰੀ ਨਿਵਾਸ ਦੀਆਂ ਬਿਲਡਿੰਗਾਂ ਨੇ ਉਹ ਇਸ ਪਾਸੇ ਨੇ। ਬਹੁਤ ਵੱਡੇ ਵੱਡੇ ਹਾਲਸ ਬਣੇ ਹੋਏ ਨੇ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਸੇਵਾ ਦਿਨ ਰਾਤ ਚੱਲ ਰਹੀ ਹੈ, ਔਰ ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਤੰਬੂ ਸਾਹਿਬ, ਨਨਕਾਣਾ ਸਾਹਿਬ ਅੰਦਰ ਹੈ ਜੀ। ਦੇਖ ਸਕਦੇ ਹੋ ਜੀ ਸੇਵਾਵਾਂ ਚੱਲ ਰਹੀਆਂ ਨੇ। ਗੁਰੂ ਮਹਾਰਾਜ ਦਾ ਪ੍ਰਕਾਸ਼ ਅੱਜ ਕੱਲ੍ਹ ਇਸ ਗੁਰਦੁਆਰੇ 'ਚ ਹੈ। ਅੰਦਰ ਗਏ ਕੋਈ?
ਪਾਲਕੀ ਸਾਹਿਬ ਕੀ ਜੀ ਜੀ ਸੁਖਾਸਨ ਸਾਹਿਬ ਸੱਚਖੰਡ ਸਾਹਿਬ ਕਿਹਾ ਜਾਂਦਾ ਜੀ ਇੱਥੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਜੀ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਤੰਬੂ ਸਾਹਿਬ ਇਹ ਹੈ ਜੀ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਤੰਬੂ ਸਾਹਿਬ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਜਿਸ ਕਰਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਇਹ ਨਵੀਂ ਬਿਲਡਿੰਗ ਦੇ ਵਿੱਚ ਗੁਰੂ ਮਹਾਰਾਜ ਦੀ ਜਿਹੜੀ ਬੀੜ ਹੈ ਉਹ ਇੱਥੇ ਸਥਾਪਿਤ ਹੈ ਔਰ ਇੱਥੇ ਹੀ ਜਿਹੜਾ ਦਰਸ਼ਨ ਜਿਹੜੇ ਨੇ ਗੁਰੂ ਸਾਹਿਬ ਦਿੰਦੇ ਨੇ ਜਗਤ ਸੰਗਤ ਨੂੰ ਔਰ ਪਿੱਛੇ ਹੀ ਤੁਹਾਨੂੰ ਸੱਚਖੰਡ ਸਾਹਿਬ ਨਜ਼ਰ ਆ ਰਿਹਾ ਸਾਡੀ ਸਾਰੀ ਟੀਮ ਜਿਹੜੀ ਹੈ ਪਹੁੰਚੀ ਹੋਈ ਹੈ ਛੋਟੇ ਬੱਚੇ ਵੀ ਨਾਲ ਆਏ ਨੇ ਅਸੀਂ ਉਹਨਾਂ ਨੂੰ ਵੀ ਗਾਈਡ ਕਰ ਰਹੇ ਹਾਂ ਕਿ ਕਿਹੜੀ ਚੀਜ਼ ਨੂੰ ਕੀ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਕੀ ਵਰਡਿੰਗ ਜਿਹੜੀ ਹੈ ਉਹ ਯੂਜ਼ ਕੀਤੀ ਜਾਂਦੀ ਹੈ ਤਮਾਮ ਵਿਜ਼ਟਰ ਤੁਸੀਂ ਦੇਖ ਲਓ ਸਾਡੇ ਮੁਸਲਿਮ ਭਰਾ ਨੇ ਔਰ ਸਿਰਫ ਉਹਨਾਂ ਦੇ ਅੰਦਰ ਇੱਕ ਚੀਜ਼ ਹੈ ਕਿ ਸਿੱਖ ਇਤਿਹਾਸ ਦੀ ਜਾਣਕਾਰੀ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਤੱਕ ਸਾਡਾ ਮੈਸੇਜ ਪਹੁੰਚੇ ਇਹ ਪਾਕਿਸਤਾਨ ਵੱਲੋਂ ਪੀਸ ਦਾ ਮੈਸੇਜ ਜਿਹੜਾ ਲੈ ਕੇ ਅਸੀਂ ਨਿਕਲੇ ਹਾਂ ਔਰ 550 ਸਾਲਾ ਬਾਬਾ ਗੁਰੂ ਨਾਨਕ ਦੇ ਆਗਮਨ ਪੂਰਬ ਦੇ ਉੱਤੇ ਅਸੀਂ ਅੱਜ ਇੱਥੇ ਆਏ ਸੀ ਔਰ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹਾਂ ਅਸੀਂ ਹਿਸਟੋਰੀਅਨਸ ਨੂੰ ਰਿਸਰਚਰਸ ਨੂੰ ਨਾਲ ਲੈ ਕੇ ਔਰ ਇਹ ਉਪਰਾਲਾ ਜਿਹੜਾ ਰੇਡੀਓ ਸਾਡੇ ਵਾਲਾ 87.8 FM ਦੀ ਤਰਫੋਂ ਕੀਤਾ ਜਾ ਰਿਹਾ ਸੋ ਪਲੀਜ਼ ਕਾਪੀਰਾਈਟਸ ਆਰ ਰਿਜ਼ਰਵ ਬਾਏ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਰੱਬ ਰੱਖਾ ਜੀ